ਸਵਾ ਸੱਤ ਫੋਨ ਇਹਦੇ ਫਾਦਰ ਸਾਹਿਬ ਦਾ ਤੇ ਫਾਦਰ ਸਾਹਿਬ ਹੋ ਰਿਹਾ ਕਹਿੰਦਾ ਮੇਰਾ ਬੇਟਾ ਗੁਜਰ ਗਿਆ ਜੀ। ਮੈਂ ਉਹਨੂੰ ਫੋਨ ਲਗਾਏ ਦੋ ਤਿੰਨ ਵਾਰ, ਅਜੇ ਫੋਨ ਕਰ ਹੀ ਰਿਹਾ ਸੀ ਤੇ ਦੋ ਲੜਕੇ ਜੋ ਕਿ ਉਸਦੇ ਦੋਸਤ ਵੀ ਸਨ ਉਹ ਆਏ ਤੇ ਮੈਨੂੰ ਕਹਿੰਦੇ ਵੀ ਸੰਨੀ ਆਪਣੇ ਵਿੱਚ ਨਹੀਂ ਰਿਹਾ ਤੇ ਸੰਨੀ ਉੱਥੇ ਸੁੱਤਾ ਪਿਆ ਜਾਂ ਡਿੱਗਿਆ ਪਿਆ ਸਾਨੂੰ। ਪਰ ਇਹ ਤਾਂ ਹੁਣ ਨਹੀਂ ਕੁਛ ਕਹਿ ਸਕਦਾ, ਸੱਟਾਂ ਸੁੱਟਾਂ ਵੱਜੀਆਂ ਹੋਈਆਂ, ਲੱਗ ਤਾਂ ਮਾੜਾ ਹੀ ਰਿਹਾ ਜੀ, ਸੱਟਾਂ ਕਾਫੀ ਸਰੀਰ 'ਤੇ ਬਹੁਤ ਜ਼ਿਆਦਾ। ਐਨੀ ਮੋਰਨਿੰਗ ਸਾਨੂੰ ਸੱਤ ਸਵਾ ਸੱਤ ਦੇ ਕਰੀਬ ਕਾਲ ਆਈ ਸੀਗੀ, ਇੱਦਾਂ ਕਰਕੇ ਮੁੰਡਾ ਸੰਨੀ ਹੈ ਜੀ, ਹਰਪ੍ਰੀਤ ਸੰਨੀ, ਜਿਹਦੀ ਜਿਹੜੀ ਕੁਛ ਦੇ ਹਾਲਾਤਾਂ 'ਚ ਜਿਹੜੀ ਹੋਣੀ ਮਿਲੀ ਹੈ ਸਾਨੂੰ। ਅਬੋਹਰ ਦੇ ਪਿੰਡ ਸੱਪਾਂ ਵਾਲੀ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਪਿੰਡ ਦੇ ਇੱਕ ਪਲਾਟ ਵਿੱਚ ਲਾਸ਼ ਮਿਲੀ। ਸੂਚਨਾ ਮਿਲਣ ਤੇ ਪੁਲਿਸ ਮੌਕੇ ਉੱਪਰ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੁਰਦਾ ਘਰ 'ਚ ਰਖਵਾਇਆ ਗਿਆ। ਜਾਣਕਾਰੀ ਮੁਤਾਬਕ ਪਿੰਡ ਵਾਸੀ ਮੋਹਨ ਸਿੰਘ ਦਾ ਬੇਟਾ ਹਰਪ੍ਰੀਤ ਸਿੰਘ ਉਰਫ ਸੰਨੀ 10ਵੀਂ ਜਮਾਤ ਦੀ ਪੜ੍ਹਾਈ ਕਰਕੇ ਹੁਣ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਰਾਤ ਨੂੰ ਹਰਪ੍ਰੀਤ ਨੇ ਆਪਣੇ ਪਿਤਾ ਨੂੰ ਫੋਨ 9:22 ਤੇ ਕੀਤਾ ਸੀ, ਪਰ ਉਸ ਤੋਂ ਬਾਅਦ ਉਹ ਨਾ ਤਾਂ ਘਰ ਆਇਆ ਅਤੇ ਨਾ ਹੀ ਕੋਈ ਫੋਨ ਰਿਸੀਵ ਹੋਇਆ। ਅੱਜ ਸਵੇਰੇ ਪਿੰਡ ਦੇ ਇੱਕ ਪਲਾਟ ਵਿੱਚ ਉਸਦੀ ਲਾਸ਼ ਮਿਲੀ ਹੈ। ਹਰਪ੍ਰੀਤ ਸਿੰਘ ਦੇ ਪਿਤਾ ਮੋਹਨ ਸਿੰਘ ਨੇ ਮਰਡਰ ਦਾ ਸ਼ੱਕ ਜ਼ਾਹਰ ਕੀਤਾ। ਉੱਧਰ ਥਾਣਾ ਖੁਈਆ ਸਰਬਰ ਦੇ ਮੁਖੀ ਇੰਸਪੈਕਟਰ ਸੁਨੀਲ ਕੁਮਾਰ, SPD ਚੌਂਕੀ ਕੱਲਰ ਖੇੜਾ ਇੰਚਾਰਜ ਅਤੇ ਪੁਲਿਸ ਟੀਮ ਮੌਕੇ ਉੱਪਰ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮੇਰਾ ਬੇਟਾ ਗੁਜਰ ਗਿਆ ਜੀ, ਇਹ ਤਾਂ ਬੇਟਾ ਗੁਜਰ ਗਿਆ, ਕਹਿੰਦਾ ਮੇਰਾ ਬੇਟਾ ਗੁਜਰ ਗਿਆ ਜੀ। ਮੈਂ ਕਿਹਾ ਚਲੋ ਮੈਂ ਇੱਕ ਮਿੰਟ 'ਚ ਆਇਆ। ਜਦੋਂ ਮੈਂ ਘਰ ਪਹੁੰਚਿਆ, ਤੇ ਮੈਂ ਡੈਡ ਬੋਡੀ ਦੇਖੀ। ਜਦੋਂ ਮੈਂ ਖੋਈਆਂ ਸਰਵਰ SHO ਸੁਨੀਲ ਕੁਮਾਰ ਜੀ ਨੂੰ ਫੋਨ ਲਾਇਆ, ਹਰਮਨ ਜੀ ਨੂੰ ਫੋਨ ਲਾਇਆ, ਮੈਂ ਸਰ ਇਸ ਤਰ੍ਹਾਂ ਜੋ ਵੀ ਹੈ ਵਾਰਦਾਤ ਹੋਈ ਹੈ, ਬਾਕੀ ਉਹਨਾਂ ਦੀ ਟੀਮ 5 ਮਿੰਟਾਂ 'ਚ ਪਹੁੰਚ ਗਈ ਜੀ। ਠੀਕ ਹੈ, ਬਾਕੀ ਹਜੇ ਖੁਲਾਸਾ ਚੱਲ। ਮੁੰਡਾ ਕੀ ਕੰਮ ਕਰਦਾ ਸੀਗਾ ਜੀ? ਬਸ ਦਿਹਾੜੀ ਤਾਂ ਆਪਾਂ ਕਰ ਰਹੇ ਸੀ। ਕਿਸ ਤਰ੍ਹਾਂ ਮੌਤ ਹੋਈ ਹੈ ਕੋਈ ਪਤਾ ਲੱਗਿਆ ਸਰ? ਸਰ ਇਹ ਤਾਂ ਹੁਣ ਨਹੀਂ ਕੁਛ ਕਹਿ ਸਕਦਾ, ਸੱਟਾਂ ਸੁੱਟਾਂ ਵੱਜੀਆਂ ਹੋਈਆਂ, ਲੱਗ ਤਾਂ ਮਾੜਾ ਹੀ ਰਿਹਾ ਜੀ, ਸੱਟਾਂ ਕਾਫੀ ਸਰੀਰ 'ਤੇ ਬਹੁਤ ਜ਼ਿਆਦਾ। ਠੀਕ ਹੈ, ਹਾਂਜੀ। ਕਿੰਨੇ ਭਰਾ ਸੀਗੇ? ਇਹ 2 ਬ੍ਰਦਰ, ਇਹ ਛੋਟਾ ਸੀ ਜੀ। ਅੱਛਾ, ਹਾਂਜੀ। ਮਿਲਿਆ ਕਿੱਥੇ ਸੀਗੀ ਡੈੱਡ ਬੋਡੀ? ਇਹ ਡੈੱਡ ਬੋਡੀ ਆ, ਪਿੰਡ ਦੇ ਨਾਲ ਛੱਪੜ ਹੈ ਬਿਲਕੁਲ, ਇੱਥੇ ਡੈੱਡ ਬੋਡੀ ਪਈ ਸੀ ਜੀ, ਇੱਥੋਂ ਮਿਲਿਆ ਜੀ। ਕਹਿੰਦੇ ਕੀ ਨਾਂ ਕੀ ਹੈ? ਸਰ ਆਪਣਾ ਮੋਹਨ ਸਿੰਘ। ਕਿੱਥੋਂ ਦੇ ਵਾਸੀ ਹੋ? ਪਿੰਡ ਸੱਪਾਂ ਵਾਲੇ। ਤੁਹਾਡੇ ਮੁੰਡੇ ਦਾ ਕੀ ਨਾਮ ਸੀਗਾ? ਹਰਪ੍ਰੀਤ ਸਿੰਘ। ਕੀ ਕੰਮ ਕਰਦਾ ਸੀਗਾ ਜੀ? ਉਰਫ ਸੰਨੀ। ਅੱਛਾ ਜੀ, ਕੀ ਕੰਮ ਕਰਦਾ ਸੀਗਾ ਜੀ? ਮਿਹਨਤ ਮਜ਼ਦੂਰੀ ਕਰਦਾ ਸੀ ਦਿਹਾੜੀ 'ਚ। ਕੀ ਸੂਚਨਾ ਮਿਲੀ ਸੀ ਤੁਹਾਨੂੰ ਜੀ? ਮੈਂ ਰਾਤ ਚੰਗਾ ਵਾਲਾ ਉਹਨੂੰ ਘਰੇ ਵਧੀਆ ਨਾਤੇ ਦੋਤੇ ਛੱਡ ਕੇ, ਦੋਵਾਂ ਪਿਓ ਪੁੱਤਰਾਂ ਨੇ ਖਾਣਾ ਖਾਧਾ ਤੇ ਛੱਡ ਕੇ ਡਿਊਟੀ ਗਿਆ। ਡੀ ਏ ਵੀ ਕਾਲਜ ਜੋਬ ਕਰਦਾ ਤੇ ਡਿਊਟੀ ਗਿਆ ਤੇ 9:22 ਤੇ ਮੇਰੇ ਲੜਕੇ ਨੇ ਮੈਨੂੰ ਕਾਲ ਕਰਕੇ ਪੁੱਛਿਆ ਵੀ ਡੈਡੀ ਵੀ ਤੂੰ ਲੇਟ ਘਰੋਂ ਟੁਰਿਆ ਸੀ, ਪਹੁੰਚ ਗਿਆ ਸਹੀ? ਮੈਂ ਕਿਹਾ ਵੀ ਹਾਂ ਪਹੁੰਚ ਗਿਆ। ਤੇ ਉਸ ਤੋਂ ਬਾਅਦ ਮੈਂ ਕੋਈ ਕਾਲ ਨਹੀਂ ਕੀਤੀ ਨਾ ਉਸ ਨੇ ਕੀਤੀ। ਸਵੇਰੇ ਜਦ ਮੈਂ 6:15 ਘਰ ਡਿਊਟੀ ਖਤਮ ਕਰਕੇ ਆਇਆ ਤੇ ਮੇਰੀ ਮਿਸਿਜ ਬੰਸੋ ਬਾਈ ਨੂੰ ਮੈਂ ਪੁੱਛਿਆ ਕਿ ਹਰਪ੍ਰੀਤ ਕਿੱਥੇ ਹੈ? ਉਹ ਕਹਿੰਦੇ ਜਦੋਂ ਤੁਸੀਂ ਗਏ ਜੇ ਤੁਹਾਡੇ ਨਾਲ ਹੀ ਤਾਂ ਮਗਰ ਤੁਹਾਡੇ ਨਾਲ ਤਾਂ ਬਾਹਰ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਠੀਕ ਹੈ। ਉਸ ਤੋਂ ਬਾਅਦ ਮੈਂ ਉਹਨੂੰ ਫੋਨ ਲਗਾਏ 2-3 ਵਾਰ, ਅਜੇ ਫੋਨ ਕਰ ਹੀ ਰਿਹਾ ਸੀ ਤੇ ਦੋ ਲੜਕੇ ਜੋ ਕਿ ਉਸਦੇ ਦੋਸਤ ਵੀ ਸਨ ਉਹ ਆਏ ਤੇ ਮੈਨੂੰ ਕਹਿੰਦੇ ਵੀ ਸੰਨੀ ਆਪਣੇ ਵਿੱਚ ਨਹੀਂ ਰਿਹਾ ਤੇ ਸੰਨੀ ਉੱਥੇ ਸੁੱਤਾ ਪਿਆ ਜਾਂ ਡਿੱਗਿਆ ਪਿਆ ਸਾਨੂੰ ਨਹੀਂ ਪਤਾ ਤੇ ਚਲੋ ਨਾਲ। ਤੇ ਫਿਰ ਮੇਰੇ ਪੜੋਸ 'ਚੋਂ ਇੱਕ ਲੜਕਾ ਨਾਲ ਲੈ ਕੇ ਮੈਂ
ਉਸਦਾ ਦੋਸਤ ਜੋ ਕਿ ਜਿਸਨੇ ਆ ਕੇ ਮੈਸੇਜ ਲਾਇਆ ਪ੍ਰੇਮ ਕੁਮਾਰ, ਇੱਕ ਲੜਕਾ ਉਸਦੇ ਨਾਲ ਹੋਰ ਸੀ, ਫਿਰ ਤਿੰਨੇ ਜਣੇ, ਇੱਕ ਦੀਪਕ ਕੁਮਾਰ ਮੇਰਾ ਪੜੋਸੀ, ਅਤੇ ਅਸੀਂ ਗਏ ਅਤੇ ਮੌਕੇ 'ਤੇ ਮੇਰੇ ਲੜਕੇ ਦੀ ਡੈਥ ਪਈ ਵੇਖ ਕੇ ਮੇਰੇ ਦਿਲ ਤੋਂ ਨਾ ਬਰਦਾਸ਼ਤ ਹੁੰਦੇ ਹੋਏ, ਜੋ ਕਿ ਉਸਦੇ ਖੂਨ ਜੋ ਕਿ ਮੂੰਹ ਵਿੱਚੋਂ ਵੀ ਨਿਕਲਿਆ, ਜਿਭ ਵੀ ਬਾਹਰ ਸੀ, ਅਤੇ ਬੁਰੀ ਹਾਲਾਤ ਨਾਲ ਇੱਕ ਪਾਸਾ ਸਿਰ ਦਾ ਲਤੜਿਆ ਹੋਇਆ ਸੀ, ਜਿਸ ਤਰ੍ਹਾਂ ਕਿ ਦਾਬ ਦਿੱਤੀ ਗਈ ਹੋਵੇ, ਅਤੇ ਉਹ ਮੈਂ ਚੱਕ ਕੇ ਉਹਨੂੰ ਗਲ ਨਾਲ ਲਾਇਆ ਅਤੇ ਘਰ ਲੈ ਆਇਆ, ਅਤੇ ਹੁਣ ਪੁਲਿਸ ਮੌਕੇ 'ਤੇ ਪਹੁੰਚੀ ਹੈ, ਜੋ ਕਿ ਪੁਲਿਸ ਪੂਰੀ ਕਾਨੂੰਨ ਹੋ ਕੇ ਪੂਰੀ ਆਪਦੀ ਕਾਨੂੰਨ ਦੀ ਅਵਸਥਾ ਨੂੰ ਲੈ ਕੇ ਪੂਰੀ ਟੀਮ ਆਪਦੀ ਛਾਣਬੀਣ ਕਰ ਰਹੀ ਹੈ। ਕੀ ਲੱਗਦਾ ਕੀ ਹੈ, ਵੱਧ ਤੋਂ ਵੱਧ ਕੀ ਲੱਗਦਾ ਕੀ ਹੈ ਵੀ ਕੀ ਹੱਤਿਆ ਹੋਈ ਹੈ, ਕਿਸ ਤਰ੍ਹਾਂ ਲੱਗਦਾ? ਮੇਰੇ ਲੜਕੇ ਨੂੰ ਮਾਰਿਆ ਗਿਆ, ਕਤਲ ਹੋਇਆ। ਠੀਕ ਹੈ, ਹੁਣ ਕੀ ਮੰਗ ਕਰਦੇ ਜੀ? ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ? ਮੈਂ ਕੁਛ ਨਹੀਂ ਕਹਿ ਸਕਦਾ, ਕਿਉਂਕਿ ਮੈਨੂੰ, ਮੈਂ ਖੁਦ ਇੱਕ ਮੁਲਾਜ਼ਮ ਹਾਂ, ਅਤੇ ਦੂਸਰੀ ਗੱਲ ਅਗਰ ਕੋਈ ਵੀ ਗੱਲ ਕਿਸੇ ਤਰ੍ਹਾਂ ਦੀ ਹੁੰਦੀ ਤਾਂ ਮੈਂ ਕੋਈ ਦੱਸ ਦਿੰਦਾ, ਤਾਂ ਲੇਕਿਨ ਮੇਰੇ ਕੋਲ ਅਜੇ ਕੋਈ ਗੱਲ ਨਹੀਂ ਹੈ। ਕੀ ਹੁਣ ਮੰਗ ਕੀ ਕਰਦੇ ਹੋ? ਮੰਗ ਕਾਨੂੰਨ ਤੋਂ ਇਹ ਹੀ ਕਰਦੇ ਹਾਂ ਕਿ ਇਨਸਾਫ ਮਿਲੇ, ਵੱਧ ਤੋਂ ਵੱਧ ਮੇਰੇ ਲੜਕੇ ਦਾ ਜੋ ਕਤਲ ਹੋਇਆ, ਇਸ ਨੂੰ ਜਨਤਾ ਦੇ ਸਾਹਮਣੇ, ਪਿੰਡ ਦੇ ਸਾਹਮਣੇ ਲਿਆਂਦਾ ਜਾਵੇ ਗੱਲ ਨੂੰ, ਤਾਂ ਕਿ ਕਿਸੇ ਹੋਰ ਬੱਚੇ ਜਾਂ ਬੱਚੀ ਦਾ ਇਸ ਤਰ੍ਹਾਂ ਦਾ ਕੋਈ ਹਾਦਸਾ ਨਾ ਹੋਵੇ, ਅਤੇ ਜੋ ਕਿ ਮੇਰੇ ਬੱਚੇ ਦੀ ਕਦੇ ਕਮੀ ਪੂਰੀ ਨਹੀਂ ਹੋ ਸਕਦੀ, ਅਤੇ ਮੈਂ ਆਪਦੇ ਬੱਚੇ ਦਾ ਬਹੁਤ ਹੀ ਦੁਖੀ ਹਾਂ ਦਿਲ ਤੋਂ। ਐਨੀਵੇ ਮੋਰਨਿੰਗ ਸਾਨੂੰ 7:30 ਦੇ ਕਰੀਬ ਕਾਲ ਆਈ ਸੀਗੀ, ਪਿੰਡ ਦਾ ਮੈਂਬਰ ਹੀ ਹੈ ਮੁੰਡਾ ਸੋਨੂੰ ਜੀ ਨੇ ਫੋਨ ਕਰਿਆ ਸੀ, ਇੱਦਾਂ ਕਰਕੇ ਮੁੰਡਾ ਸਨੀ ਹੈ ਜੀ, ਹਰਪ੍ਰੀਤ ਸਨੀ ਜੀ ਦੀ ਜਿਹੜੀ ਕੋਈ ਸੰਦਿਗਧ ਹਾਲਾਤਾਂ 'ਚ ਜਿਹੜੀ ਡੈਡ ਬੋਡੀ ਮਿਲੀ ਹੈ ਸਾਨੂੰ, ਸੋ ਅਸੀਂ ਮੌਕੇ 'ਤੇ ਪਹੁੰਚੇ ਹਾਂ ਜੀ। ਸੋ ਜਿਹੜੀ ਹੋਈ ਵੀ ਅਸੀਂ ਜਿਹੜੀ ਸ਼ਨਾਖਤ ਹੋ ਚੁੱਕੀ ਹੈ, ਮੋਹਨ ਲਾਲ ਦਾ ਲੜਕਾ ਹੈ ਜੀ, ਸਕਿਓਰਟਰ ਦਾ ਕੰਮ ਕਰਦਾ ਡੀ ਏ ਕਾਲਜ 'ਚ, ਹੋਰ ਉਹਨਾਂ ਨੂੰ ਮਿਲ ਲਿਆ ਗਿਆ ਜੀ, ਡੈਡ ਬੋਡੀ ਦਾ ਐਨਾਲਿਸਿਸ ਕਰ ਲਿਆ ਗਿਆ ਮੌਕਾ ਪਰ ਸਾਡੇ ਡਿਪ ਸਾਹਿਬ, ਅਤੇ ਹੋਰ ਵੀ ਜਿਹੜੀ CIA ਦੀ ਟੀਮਸ ਜਿਹੜੀਆਂ ਨੇ ਜਾਂ ਕੈਮਰਾ ਸਾਡੇ ਜਿਹੜੇ ਟੈਕਨੀਕਲ ਯੂਨਿਟ ਵਾਲੇ ਨੇ, ਉਹ ਸਾਰੇ ਪਹੁੰਚ ਚੁੱਕੇ, ਉਹ ਅਲੱਗ ਅਲੱਗ ਡਾਇਰੈਕਸ਼ਨ ਸਾਹਿਬ ਦੇ ਜਿਹੜੇ ਕੰਮ ਸ਼ੁਰੂ ਅਸੀਂ ਕਰਤਾ। ਸਰ ਕੀ ਲੱਗਦਾ ਕੀ ਹੈ, ਕਿਸ ਤਰ੍ਹਾਂ ਮੌਤ ਹੋਈ ਹੈ, ਕੋਈ ਲੱਗਦਾ ਸਰ? ਨਹੀਂ, ਫਿਲਹਾਲ ਨਹੀਂ ਕਿਹਾ ਜਾ ਸਕਦਾ ਜੀ, ਇਹ ਤਾਂ ਫਰਦਰ ਇਨਵੈਸਟੀਗੇਸ਼ਨ ਚੱਲੂਗੀ ਜੀ, ਜਿਹੜਾ ਜਿੱਦਾਂ ਜਿੱਦਾਂ ਸਾਨੂੰ ਪੁਆਇੰਟ ਪਤਾ ਚੱਲੂਗਾ ਡੈਫੀਨੇਟਲੀ ਤੁਹਾਨੂੰ ਅਸੀਂ। ਪਿਓ ਤਾਂ ਸਰ ਆਰੋਪ ਲਾ ਰਿਹਾ ਕਿ ਵੀ ਜਿਹੜਾ ਮਰਡਰ ਕੀਤਾ ਗਿਆ ਪਿਓ ਆਰੋਪ ਲਾ ਰਿਹਾ ਜੀ? ਇਹ ਦੇਖੋ ਜੀ, ਉਹਨਾਂ ਨੇ ਜਿਹੜੀ ਵੀ ਗੱਲ ਕੀਤੀ ਹੈ ਉਹ ਫਰੈਸ਼ ਸਿਰਫ ਇਹੀ ਹੈ ਕਿ ਲਾਸਟ ਟਾਈਮ ਜਿਹੜੇ ਜਿਹੜੇ ਲੜਕਿਆਂ ਨਾਲ ਜਾਂ ਕਿਸੇ ਨਾਲ ਉਹਨਾਂ ਨੂੰ ਦੇਖਿਆ ਗਿਆ ਸੀਗਾ, ਦੇਖੋ ਉਹ ਤਾਂ ਅਸੀਂ ਹੁਣ ਪਹਿਲਾਂ ਉਹਨਾਂ ਨੂੰ ਇਨਵੈਸਟੀਗੇਟ ਕਰਾਂਗੇ ਨਾ, ਜਦੋਂ ਇੰਟਰੋਗੇਸ਼ਨ ਆਪਣੀ ਕਰਾਂਗੇ ਦੈਨ ਜੋ ਰਿਵੀਲ ਹੋਊਗਾ।